ਸਿੱਧੂ ਆਂਦੇ ਆ ਦੇ ਮੂਸੇ ਵਾਲੇ ਨੇ ਧੱਕਾ ਕੱਢ ਕਰ ਦਿੱਤੇ ਮੂੰਹ ਮੰਦਣੇ ਸਾਡਾ ਚੱਲਦਾ ਚੱਲਦਾ ਏ ਧੱਕਾ ਅਸੀਂ ਤਾਂ ਕਰਦੇ ਚੱਲਦਾ ਏ ਧੱਕਾ ਵਾਲੇ ਫਿਰਦੇ ਲਫਾਫੇ ਉੱਟਦੇ ਇਕੱਠੇ ਕਰ ਫੁੱਕਣੇ ਆ ਸ਼ਹਿਰ ਵਿੱਚੋਂ ਸਾਫ ਕਰਤਾ ਤਾਇਓ ਚਟਾ ਕੁੜਤਾ ਅਸੀਂ ਤਾਂ ਕਰਦੇ ਚੱਲਦਾ ਏ ਧੱਕਾ ਅਸੀਂ ਤਾਂ ਕਰਦੇ ਚੱਲਦਾ ਏ ਧੱਕਾ ਬੋਲੇਗਾ ਤੂੰ ਹੁਣ ਬੋਲ ਕੇ ਦਿਖਾ ਯਾਰ ਤੂੰ ਕਿਵੇਂ ਬੋਲਦਾ ਸੀਗਾ ਬੋਲੂ ਯਾਰ ਮੈਂ ਤਾਂ ਪਰ ਬਾਈ ਬਾਈ ਹਟਾ ਲੇਗਾ ਯਾਰ ਮੈਨੂੰ ਤੂੰ ਹਟਾ ਲੇਗਾ ਮੈਨੂੰ ਹਾਂ ਹਟਾ ਦੂੰਗਾ ਪਤਾ ਕਿੰਨਾ ਭੈਣਦੀ ਪਿਆ ਤੈਨੂੰ ਗਾਣਾ ਦਾ ਨੂੰ ਗਾਣਾ ਨਹੀਂ ਹੁੰਦਾ ਤੂੰ ਤਾਂ ਸਿਆਣ ਦਾ ਵੀ ਨਹੀਂ ਗਾ ਉਹ ਕਿਹਨੂੰ ਅੰਬਰਾਂ ਦੀ ਹਿੱਕ ਪਾੜਦੇ ਉਹ ਬੱਲਿਆ ਲਵਾਵਣੇ ਤੀਰ ਹੁੰਦੇ ਨੇ ਕੱਥੇ ਪਹਿਲਾਂ ਸੋਡੇ ਵਰਗੇ ਨਾ ਫੁੱਦੂ ਮੈਂ ਪਛਾਣਦਾ ਵੀ ਨੀ ਕਰਨਾ ਵੇਲਾ ਤੂੰ ਕੀ ਬੋਲਦਾ ਮਾਰੋ ਤੂੰ ਗੰਦ ਪਾਇਆ ਕੀ ਹੋ ਗਿਆ ਕਦੇ ਪਿੱਛੇ ਮੂਸੇ ਨੂੰ ਮਾੜਾ ਕਹਿੰਦਾ ਯਾਰ ਕੀ ਗੱਲ ਪਿੱਛੇ ਕਿਉਂ ਲੜਦੇ ਹੋ ਤੁਸੀਂ ਗਾਣੇ ਪਿੱਛੇ ਲੜਦੇ ਹੋ ਦਸ ਕਾਸ ਤੋਂ ਲੜਦੇ ਹੋ ਗਾਣੇ ਪਿੱਛੇ ਗਾਣੇ ਸੁਣ ਲਓ ਤੁਸੀਂ ਗਾਣੇ ਸਾਰੇ ਹੀ ਵਧੀਆ ਗਾਉਂਦੇ ਹੋਣਗੇ ਤੁਸੀਂ ਦੀਦੇ ਦਿਹਾੜੇ ਦਾ ਤੁਹਾਨੂੰ ਪਤਾ ਹੈਗਾ ਉਹ ਬੱਚਿਆਂ ਦਾ ਸ਼ਹੀਦੀ ਦਿਹਾੜਾ ਹੈ ਗੁਰੂਆਂ ਦੇ ਸਾਹਿਬਜ਼ਾਦਿਆਂ ਦਾ ਅੱਜ ਤੁਹਾਨੂੰ ਪਤਾ ਉਹਦੇ ਬਾਰੇ ਕੋਈ ਕੈ ਸਾਹਿਬਜ਼ਾਦਾ ਸੀ ਗੁਰੂ ਦੇ ਚਾਰ ਸਾਹਿਬਜ਼ਾਦੇ ਸੀਗੇ ਦੋ ਕਿੱਥਾਂ ਸ਼ਹੀਦ ਹੋ ਗਏ ਸੀਗੇ ਸਰਹੰਦ ਗਏ ਕਿਤੇ ਸਰਹੰਦ ਸ਼ਹੀਦ ਹੋਏ ਸੀਗੇ ਉਹਨਾਂ ਨੂੰ ਸ਼ਹੀਦ ਕਰਿਆ ਸੀ ਫਿਰ ਤੇ ਤੁਹਾਨੂੰ ਕਲਾਕਾਰਾਂ ਦੇ ਤਾਂ ਨਾਵਾਂ ਦਾ ਪਤਾ ਹੈਗਾ ਤੇ ਤੁਹਾਨੂੰ ਗੁਰੂਆਂ ਦੇ ਬੱਚਿਆਂ ਦੇ ਸ਼ਹੀਦਾਂ ਦੇ ਕੋਈ ਨਾਂ ਬਾਰੇ ਪਤਾ ਤੁਹਾਡੇ ਵਾਸਤੇ ਸਿੱਖੀ ਵਾਸਤੇ ਜਾਂ ਆਪਣੇ ਦੇਸ਼ ਵਾਸਤੇ ਜਿਹੜਾ ਇਹਨੇ ਕੁਰਬਾਨੀ ਦਿੱਤੀ ਹੈ ਕੋਈ ਸ਼ਹੀਦ ਹੋਏ ਨਾ ਉਹਨਾਂ ਦਾ ਨਾਂ ਕਿਸੇ ਦਾ ਜਾਣਦੇ ਹੋ ਭਗਤ ਸਿੰਘ ਵਰਗਿਆਂ ਦਾ ਨਾਂ ਤਾਂ ਜਾਣਦੇ ਹੋਊਗੇ ਫਿਰ ਭਗਤ ਸਿੰਘ ਵਰਗਿਆਂ ਨੇ ਸ਼ਹੀਦੀ ਦਿੱਤੀ ਤੁਹਾਡੇ ਵਾਸਤੇ ਕਿੰਨਾ ਕੁਛ ਕਰਕੇ ਗਏ ਦੇਸ਼ ਭਗਤ ਉਹਨਾਂ ਨੂੰ ਤੁਸੀਂ ਜਾਣਦੇ ਨਹੀਂ ਕਲਾਕਾਰਾਂ ਪਿੱਛੇ ਤੁਸੀਂ ਲੜੀ ਜਾਂਦੇ ਹੋ ਕਲਾਕਾਰਾਂ ਦੇ ਤੁਸੀਂ ਨਾਂ ਜਾਣਦੇ ਹੋ ਜਿਹੜਿਆਂ ਨੂੰ ਲੋਕਾਂ ਨੂੰ ਲੜਾਈ ਜਾਂਦੇ ਆ ਜਿਹੜੇ ਆਪ 'ਚ ਮੈਂ ਉਹਨਾਂ ਪਿੱਛੇ ਲੜੀ ਜਾਂਦੇ ਤੁਸੀਂ ਤੁਸੀਂ ਸਰਹੰਦ ਜਾ ਕੇ ਦੇਖੋ ਜਾ ਕੇ ਮੇਲਾ ਕਿਵੇਂ ਲੱਗਦਾ ਤੇ ਕਿਵੇਂ ਉੱਥੇ ਉਹ ਹੁੰਦਾ ਹੈਗਾ ਕਿੰਨਾ ਇਕੱਠ ਹੁੰਦਾ ਜੋੜ ਮੇਲਾ ਵੱਲ ਲੱਗਦਾ ਉੱਥੇ ਉਹਨੂੰ ਪੁੱਛਦਿਆਂ ਮੁੰਡੇ ਨੂੰ ਉਰੇ ਆ ਓਏ ਉਰੇ ਆ ਬਾਈ ਮਾੜਾ ਜਿਹਾ ਕੰਮ ਕੀ ਗੱਲ ਹੋ ਗਈ ਬਾਈ ਇਹ ਦੋਨੇ ਲੜੀ ਜਾਂਦੇ ਆ ਤੂੰ ਇਹਨਾਂ ਚੋਂ ਕਿਹੜੇ ਦਾ ਫੈਨ ਹੈਗਾ ਤੂੰ ਪੁੱਛ ਇਹਨਾਂ ਨੂੰ ਅੱਛਾ ਫੈਨ ਅੱਛਾ ਉਹ ਕੋਈ ਕਹਿੰਦਾ ਸਿੱਧੂ ਮੂਸੇ ਮਾਸੇ ਵਾਲਾ ਪਤਾ ਨਹੀਂ ਕਿਹੜਾ ਬਣੋ ਬਾਬਾ ਦੀਪ ਸਿੰਘ ਦਾ ਸ਼ਹੀਦਾਂ ਦੇ ਬਣੋ ਜਿਨ੍ਹਾਂ ਨੇ ਤੁਹਾਡੇ ਲਈ ਕੁਰਬਾਨੀਆਂ ਦਿੱਤੀਆਂ ਇੰਨੀਆਂ ਉਹ ਕਰਤਾ ਫੈਨ ਬਾਨਾ ਦੇ ਮਾਂ ਪਿਤਾ ਦਾ ਬਣੋ ਜਿਨ੍ਹਾਂ ਨੇ ਤੁਹਾਨੂੰ ਜਨਮ ਦਿੱਤਾ ਫੈਨ ਬਾਨਾ ਦੇ ਪਿਓ ਦਾ ਬਣ ਜਿਹੜੇ ਤੇਰੇ ਸ਼ੌਂਕ ਪੂਰੇ ਕਰੇ ਆ ਗਏ ਠੀਕ ਹੈ ਬਾਈ ਇਹਨਾਂ ਚ ਕੁਛ ਨੀ ਰੱਖਿਆ ਸੇਵਾ ਕਰਨੀ ਆ ਮਾਂ ਦੀ ਕਾਰ ਆ ਜਿਹਨੇ ਤੈਨੂੰ ਜਨਮ ਦਿੱਤਾ ਉਹਨੂੰ ਪਾਣੀ ਪੁੱਛਿਆ ਕਰੇ ਤੂੰ ਪਾਣੀ ਪੁੱਛਿਆ ਕਰੇ ਤੁਸੀਂ ਪੁੱਛਿਆ ਪਾਣੀ ਤਾਂ ਫਿਰ ਤੂੰ ਕਲਾਕਾਰਾਂ ਪਿੱਛੇ ਐਵੇਂ ਲੜੀ ਜਾਂਦੇ ਹੋ ਤੁਸੀਂ ਕੀ ਤੁਹਾਡੇ ਕਣਕ ਸੁੱਟ ਜਾਂਦੇ ਉਹ ਕੀ ਕਰਦੇ ਹੋ ਤੁਹਾਨੂੰ ਉਹ
ਕਦੇ ਕੁਛ ਦੇਖ ਕੇ ਗਏ ਸਾਡਾ ਕਲਾਕਾਰ ਕੁਛ ਮਾੜਾ ਮੋਟਾ ਕਲਾਕਾਰ ਸਾਡੇ ਕੋਲ ਦੇਖ ਕੇ ਗਏ ਸਿੱਧਾਂ ਬਾਰੇ ਸੋਚ ਲਓ ਸਿੱਧਾਂ ਬਾਰੇ ਕਦੇ ਪਤਾ ਕੀ ਕੁਛ ਕਰਿਆ ਉਹਨਾਂ ਨੇ ਛੋਟੇ ਛੋਟੇ ਬੱਚਿਆਂ ਨੇ ਤੇ ਤੁਸੀਂ ਐਡੇ ਐਡੇ ਹੋ ਗਏ ਵੀ ਨਹੀਂ ਕੁਛ ਸਮਝਦੇ ਤੁਹਾਨੂੰ ਗੁਰੂਆਂ ਬਾਰੇ ਉਹ ਪਤਾ ਹੈਗਾ ਜਾਣਾ ਤਾਂ ਤੁਸੀਂ ਗੁਰਦੁਆਰੇ ਜਾ ਕੇ ਸੇਵਾ ਕਰੋ ਠੀਕ ਹੈ ਸਰਹੰਦ ਜਾਓ ਉੱਥੇ ਜਾ ਕੇ ਛੋਟੇ ਸਾਹਿਬਜ਼ਾਦਿਆਂ ਨੂੰ ਦੇਖੋ ਕਿਵੇਂ ਨੀਹਾਂ ਚਿਣਿਆ ਗਿਆ ਸੀ ਉਹ ਚੀਜ਼ ਦੇਖ ਲਓ ਇਤਿਹਾਸ ਚੀਜ਼ ਦੇਖੋ ਠੀਕ ਹੈ ਉੱਥੇ ਜਾ ਕੇ ਸੇਵਾ ਕਰੋ ਜੋੜ ਮੇਲੇ ਚੱਲਦੇ ਹੁਣ ਸ਼ਹੀਦਾਂ ਨੇ ਛੇਕੜ ਦੀ ਉੱਥੇ ਨਹੀਂ ਗਿਆ ਜਾਂਦਾ ਆਪਣੇ ਗੁਰੂ ਘਰ ਜਾਓ ਉੱਥੇ ਜਾ ਕੇ ਮੱਥਾ ਟੇਕ ਕੇ ਆਓ ਤੜਕੇ ਉੱਠ ਕੇ ਉੱਥੇ ਜਾਓ ਗੁਰੂ ਘਰ ਜਾ ਕੇ ਤੁਹਾਨੂੰ ਕੋਈ ਸਿੱਖਿਆ ਆਊਗੀ ਕਲਾਕਾਰਾਂ ਪਿੱਛੇ ਕੀ ਐਡੇ ਐਡੇ ਸਾਹਿਬ ਦੇ ਪੈਸੇ ਕਮਾਉਣੇ ਹੈਗੇ ਹਾਂ ਜਿਹੜੀ ਗੱਲ ਆ ਕਿ ਮਗਰ ਲੱਗਦੇ ਤੁਸੀਂ ਇਹਨਾਂ ਦੇ ਮਗਰ ਲੱਗੀ ਜਾਂਦੇ ਇਹ ਤਾਂ ਪੈਸੇ ਕਮਾਈ ਜਾਂਦੇ ਨਾ ਆਪਣੇ ਇਹਨਾਂ ਦਾ ਆਰੇ ਪੈਸੇ ਕਮਾਉਣੇ ਆ ਫੇਰ ਆਪਾਂ ਮਾੜਾ ਕਿਸੇ ਕਲਾਕਾਰ ਨੂੰ ਕਹਿਣਾ ਕੋਈ ਵਧੀਆ ਸਾਰੇ ਗਾਉਂਦੇ ਨਾ ਪਰ ਸੁਣੋ ਪਰ ਆਪਦੇ ਦੂਜਿਆਂ ਨੂੰ ਵੀ ਜਾਣੋ ਇਤਿਹਾਸ ਬਾਰੇ ਵੀ ਜਾਣੋ ਕੁਛ ਨਾ ਕੁਛ ਤੁਸੀਂ ਪੜ੍ਹ ਦਿਓ ਕਾਹਦੇ ਮਾਰੇ ਪੜ੍ਹ ਦਿਓ ਜੇ ਤੁਹਾਡੇ ਵੀ ਕਲਾਕਾਰਾਂ ਪਿੱਛੇ ਲੜੀ ਜਾਓ ਹਾਂ ਜਿਹੜੀ ਗੱਲ ਆ ਬਾਈ ਕਲਾਕਾਰਾਂ ਗੀਤ ਮੈਂ ਵੀ ਸੁਣਦਾ ਸਾਰੇ ਗੱਲ ਆ ਚੰਗੇ ਆ ਵਧੀਆ ਸਾਰੇ ਕਲਾਕਾਰ ਬਾਈ ਵਧੀਆ ਗਾਉਂਦੇ ਕੋਈ ਐ ਨਹੀਂ ਕੋਈ ਕਲਾਕਾਰ ਵੀ ਚੰਗਾ ਇਹਦਾ ਵੀ ਚੰਗਾ ਸਾਰੇ ਕਲਾਕਾਰ ਚੰਗੇ ਕੋਈ ਨਹੀਂ ਮਾੜਾ ਕਲਾਕਾਰ ਬਾਈ ਕੋਈ ਵੀ ਮਾੜਾ ਹੁੰਦਾ ਉਹਨਾਂ ਨੇ ਆਪਦੀ ਬਾਈ ਰੋਟੀ ਪਾਣੀ ਉਹਨਾਂ ਨੇ ਆਪਦਾ ਵੀ ਚਲਾਉਣਾ ਰੋਟੀ ਪਾਣੀ ਆਪਦਾ ਆਪਾਂ ਆਪ ਵੀ ਚਲਾਉਣਾ ਆਪਾਂ ਵੀ ਆਪਦੇ ਕੋਈ ਕੰਮ ਕਰਿਆ ਕਰੋ ਐਂ ਹੁਣ ਉਹਨਾਂ ਦੇ ਪਿੱਛੇ ਤਾਂ ਨਹੀਂ ਤੁਸੀਂ ਲੱਗ ਕੇ ਆਪਦੀਆਂ ਰੋਟੀਆਂ ਪਾਣੀ ਚਲਾ ਲਓਗੇ ਹੁਣ ਐਂ ਤਾਂ ਹੈ ਨਹੀਂ ਤੁਹਾਡੇ ਘਰੇ ਹੋ ਆ ਕੇ ਰੋਟੀ ਪਾਣੀ ਦੇ ਜਾਣਗੇ ਤੁਹਾਨੂੰ ਉਹੀ ਲੜੀ ਜਾਂਦੇ ਬਿਨਾਂ ਮਤਲਬ ਤੋਂ ਦੱਸ ਕਾਹਦੀ ਲੜਾਈ ਹੈ ਤੁਹਾਡੀ ਇਵੇਂ ਇਸੇ ਕਰਕੇ ਭਰਾਵਾਂ ਮਾਰ ਲਈਆਂ ਲੜਨ ਦੇ ਕੀ ਫਾਇਦਾ ਹੈਗਾ ਤੁਹਾਡਾ ਇਸੇ ਕਰਕੇ ਉਹਨਾਂ ਭਰਾਵਾਂ ਸੋਨੂੰ ਆਦਾ ਅਦਾ ਮਿਲ ਕੇ ਰਹੋ ਰੱਖਿਆ ਮਿਲ ਕੇ ਰਿਹਾ ਕਰੋ ਆਪਦਾ ਨਹੀਂ ਹੁੰਦਾਗਾ ਇਹਨਾਂ ਨੇ ਤਾਂ ਕੰਮ ਇਹਨਾਂ ਦਾ ਰੁਜ਼ਗਾਰ ਹੈ ਇਹਨਾਂ ਨੇ ਤਾਂ ਕਰਨਾ ਹੈਗਾ ਇਹਨਾਂ ਤਾਂ ਬਈ ਧੰਦਾ ਬਣਿਆ ਹੋਇਆ ਹੈਗਾ ਲੋਕਾਂ ਨੂੰ ਉਹ ਕਰਨ ਦਾ ਗਾਣਾ ਗਾਣੇ ਸੁਣੋ ਠੀਕ ਆ ਵੀ ਅੱਜ ਤੋਂ ਬਾਅਦ ਅਸੀਂ ਆਪਦੇ ਮਾਂ ਪਿਓ ਕਰਨ ਸਾਥੋਂ ਹੋਈ ਗਲਤੀ ਹੁਣ ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਅੱਜ ਤੋਂ ਬਾਅਦ ਚੱਲ ਠੀਕ ਹੈ ਬਈ ਗੁਰਦੁਆਰੇ ਜਾਇਆ ਕਰਾਂਗੇ ਸੇਵਾ ਕਰਿਆ ਕਰਾਂਗੇ ਹੁਣੇ ਸੀ ਰੱਖ ਦੇਗਾ ਬਈ ਜਦ ਮਿਲੋ ਦੋਨੇ ਗਲੇ ਮਿਲੋ ਅੱਜ ਤੋਂ ਬੋਲਣਾ ਨੀ ਕਿਸੇ ਨੇ ਵੀ ਕਿਸੇ ਉਸ ਬਾਰੇ ਨੀ ਬੋਲਣਾ ਆਪਦੇ ਇਤਿਹਾਸ ਬਾਰੇ ਜਾਣਕਾਰੀ ਬਾਰੇ ਜਾਣਕਾਰੀ ਕਰੋ ਤੁਸੀਂ ਪੜ੍ਹਦੇ ਹੋ ਕਾਹਦੇ ਮਾਰੇ ਪੜ੍ਹਦੇ ਠੀਕ ਆ ਬਈ ਅੱਜ ਤੋਂ ਬਾਅਦ ਗੁਰਦੁਆਰੇ ਚੱਲਿਆ ਯਾਰ ਚਲੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਸਾਡੀ ਸਾਰੇ ਚੈਨਲ ਦੀ ਟੀਮ ਵੱਲੋਂ ਅਸੀਂ ਬਈ ਇਹੀ ਵੀਡੀਓ 'ਚ ਇਹ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਅਸੀਂ ਕਿਸੇ ਕਲਾਕਾਰ ਨੂੰ ਮਾੜਾ ਨਹੀਂ ਕਹਿੰਦੇ ਅਤੇ ਅਸੀਂ ਕਿਸੇ ਨੂੰ ਨਿੰਦੇ ਨਹੀਂ ਬਾਈ ਕਿਉਂਕਿ ਸਾਡੀ ਬਾਈ ਦੇ ਇਤਿਹਾਸ 'ਤੇ ਮਾੜਾ ਮੋਟਾ ਤੁਸੀਂ ਚਾਨਣਾ ਪਾਓ ਅਸੀਂ ਤਾਂ ਤੁਹਾਨੂੰ ਇਹ ਸਿੱਖਿਆ ਦਿੰਦੇ ਹਾਂ ਵੀ ਕਿਸੇ ਕਲਾਕਾਰ ਪਿੱਛੇ ਲੱਗ ਕੇ ਲੜਦਾ ਨਹੀਂ ਆਪਾਂ ਕਿਸੇ ਦੇ ਪਿੱਛੇ ਇਸ ਗਾਣੇ ਸਾਰਿਆਂ ਦੇ ਸੁਣਿਆ ਕਰੋ ਹਾਂ ਕਰੋ ਆਪਦੇ ਮਨ ਦੀ ਸੁਣੋ ਸਾਹਿਬ ਜੀ ਧੰਨਵਾਦ ਫੇਕ ਬੰਦੇ ਫੇਕ ਜ਼ਿੰਦਗੀ ਜੇ ਆਉਂਦੇ ਨੇ ਇਹਨਾਂ ਨੂੰ ਕੀ ਫੋਲੋ ਦੱਸ ਕਰਨਾ ਉਹ ਨਿੱਕੀਆਂ ਜਿੰਦਾ ਤੇ ਸਾਕੇ ਵੱਡੇ ਕਰਕੇ ਫੋਲੋ ਕਰ ਲਾ ਉਹਨਾਂ ਨੂੰ ਜੇ ਤੂੰ ਕਰਨਾ ਡੈਡੂ ਛਾਪਣਾ ਤਾਂ ਛਾਪੀ ਦੀਪ ਸਿੰਘ ਦਾ ਬਾਬਾ ਨੱਚਦਾ ਸੀ ਮੌਤ ਦੀਆਂ ਸੇਜਾਂ ਤੇ ਉਹ ਹੀਰੋ ਇਹ ਨੀ ਜੋ ਨੱਚਦੇ ਸਟੇਜਾਂ ਤੇ ਹੀਰੋ ਉਹ